ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਜਲੰਧਰ ਅਤੇ ਜ਼ਿਲ੍ਹਾ ਵੀ ਜਲੰਧਰ, ਬਿਲਕੁਲ ਜਿਹੜਾ ਵਾ ਰੇਲਵੇ ਸਟੇਸ਼ਨ ਦੇ ਲਾਗੇ ਜਿਹੜਾ ਵਿਦਿਆਨੰਦ ਘਰ ਆ, ਮੇਨ ਰੋਡ ਦੇ ਉੱਪਰ ਹੀ ਆ, ਜਿਹੜਾ ਥੋੜ੍ਹਾ ਕਿ ਬਸ ਅੱਧਾ ਕੁ ਕਿਲੋਮੀਟਰ ਸਾਈਡ 'ਤੇ ਆ, ਜਿਹੜਾ ਮੇਨ ਹਾਈਵੇ ਜਿਹੜਾ ਜਲੰਧਰ ਵਾਲਾ, ਜਿਹੜਾ ਲੁਧਿਆਣੇ ਵਾਲਾ, ਦਿੱਲੀ ਵਾਲਾ, ਜਿਹੜਾ ਮੇਨ ਰੋਡ ਆ। ਅਤੇ ਘਰ ਦੇ ਪਸ਼ੂ ਜਿਹੜਾ ਦੁੱਧ ਦਾ ਕੰਮ ਆ ਵੀਰ ਜੀ ਉਹਨਾਂ ਦਾ ਸ਼ਹਿਰ ਦੇ ਵਿੱਚ, ਅਤੇ ਆਪ ਜਿਹੜੀ ਡਿਊਟੀ ਕਰਦੇ ਆ ਅਤੇ ਨਾਲ ਜਿਹੜੇ ਪਸ਼ੂ ਵੀ ਰੱਖੇ ਆ, ਪਰ ਹੁਣ ਇੱਕਦਮ ਮਜਬੂਰੀ ਕਾਰਨ ਕਰਕੇ ਜਿਹੜੇ ਸਾਰੇ ਪਸ਼ੂ ਵੇਚ ਦੇਣੇ ਆ। ਦੋ ਕੱਟੀਆਂ ਵਾ ਅਤੇ ਇੱਕ ਤੁਹਾਨੂੰ ਆ ਪਿਓਰ ਗਿਰ, ਤੁਹਾਨੂੰ ਇੱਕ ਦਿਖਾਉਣੀ ਆ, ਦੇਖ ਸਕਦੇ ਜੇ, ਅਤੇ ਇੱਕ ਰਾਠੀ ਵੀ ਤੁਹਾਨੂੰ ਦਿਖਾਉਣੀ ਆ। ਇਹਨਾਂ ਦਾ ਦੁੱਧ ਜਿਹੜਾ ਕਹਿੰਦੇ ਕਿ 120 ਰੁਪਏ ਲੀਟਰ ਦੁੱਧ ਜਿਹੜਾ ਇਹਨਾਂ ਦਾ ਇੱਥੇ ਲੱਗਦਾ ਵਾ, ਅਤੇ ਪਰ ਮਜਬੂਰੀ ਹੋਣ ਕਰਕੇ ਤਾਂ ਪਸ਼ੂ ਜਿਹੜੇ ਸਾਰੇ ਦੇ ਸਾਰੇ ਵੇਚ ਦੇਣੇ ਆ। ਵਿੱਚੋਂ ਕੋਈ ਸੱਜਰ ਆ, ਕੋਈ ਤੋਕੜ ਆ, ਕੋਈ ਵਿੱਚੋਂ ਕੋਈ ਗੱਭਣਾ ਵਾ, ਆਹ ਦੇਖ ਸਕਦੇ ਕਾਫੀ ਚੰਗੇ ਰਿਕਾਰਡ ਵਾਲੀਆਂ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ। ਅੱਜ ਆ ਭਾਅ ਜੀ ਹੁਣ ਵੀ ਕਿਤੇ ਵਿਧੀ ਉਹਨਾਂ ਨੇ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਲਿਆਉਂਦੇ ਆ ਕਿ ਜਿਹੜੀਆਂ ਤੋਰ ਤੋਰ ਕੇ ਜਿਹੜੀਆਂ ਵਿਖਾ ਦੇਣੀਆਂ, ਕਿਉਂਕਿ ਆਪ ਜਿਹੜਾ ਉਹ ਘਰੇ ਨਹੀਂ ਆ, ਇਹਨਾਂ ਬਾਰੇ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੱਸਾਂਗੇ। ਅਤੇ ਸ਼ੁਰੂਆਤ ਜਿਹੜੀ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਝੋਟੀ ਆ ਇਹਦੇ ਤੋਂ ਹੀ ਕਰਨੀ ਆ। ਇਹਦੇ ਤੋਂ ਮੌਕੇ 'ਤੇ ਜਿਹੜਾ ਵਾ 7 ਲੀਟਰ ਦੁੱਧ ਜਿਹੜਾ ਹੈਗਾ ਵਾ, ਅਤੇ ਸੱਜਰ ਨੇ ਜਿਹੜਾ 12 ਕੁ ਲੀਟਰ ਦੁੱਧ ਜਿਹੜਾ ਚੁਆਇਆ ਵਾ, ਹਾਂ ਦੇਖ ਸਕਦੇ ਜੀ। ਬਾਕੀ ਜੇ ਵੀਡੀਓ ਬਣਾਉਣ ਦਾ ਟਾਈਮ ਜਿਹੜਾ ਦੁਪਹਿਰ ਦਾ ਵਾ, ਅਤੇ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨ ਜਿਹੜੀਆਂ ਭਰੂਗੀਆਂ, ਹਾਂ ਦੇਖ ਸਕਦੇ। ਮਿਲਕ ਮੇਨ ਵੀ ਚੰਗੀ ਲੱਗੀ, ਤੋਰ ਦਿਓ ਜੀ ਇੱਕ ਦਿਨ। ਬਾਕੀ ਸੋਹਣੀਆਂ ਝੋਟੀਆਂ ਵਾ, ਅਤੇ 1.5 ਕੁ ਮਹੀਨਾ ਦੱਸਦੇ ਕਿ ਇਹਨੂੰ ਜਿਹੜਾ ਟੀਕਾ ਭਰਾਈ ਨੂੰ ਵੀ ਹੋਇਆ ਵਾ, ਬਾਕੀ ਚੱਕ ਪਾਸ ਨਹੀਂ ਆ, ਕਿਉਂਕਿ ਇੱਕਦਮ ਹੀ ਜਿਹੜੀ ਹੈ ਵੇਚਣੀਆਂ ਜਿਹੜੀਆਂ ਪਈਆਂ ਵਾ। ਦੁੱਧ ਮੌਕੇ 'ਤੇ ਜਿਹੜਾ ਵਾ 7 ਲੀਟਰ ਹੀ ਜਿਹੜਾ ਤਿਆਰ ਦੱਸਦੇ ਆ, ਬਾਕੀ ਅੱਗੇ ਆਪਣੀ ਚਵਾਈ ਕਰਕੇ ਖੜੋ। ਅਤੇ ਮੁੱਲ ਜਿਹੜਾ ਇਹਦਾ ਵਾ 50,000 ਆ, ਅਤੇ ਮਾਨ ਤਾਨ ਮੌਕੇ 'ਤੇ ਹੋ ਜੂਗਾ। ਬਾਕੀ ਕੋਈ ਵੀਰ ਇੱਕ ਵਾਰੀ ਫੋਨ ਲਾਵੇ ਜ਼ਰੂਰ, ਪਸ਼ੂ ਜਿਹੜੇ ਸਾਰੇ ਦੇ ਦੇਣੇ ਵੀਰ ਜੀ ਉਹਨਾਂ ਨੇ, ਜਿਸ ਤਰ੍ਹਾਂ ਕੋਈ ਵੀਰ ਲਾਊਗਾ ਫੋਨ ਉਸ ਹਿਸਾਬ ਨਾਲ ਜਿਹੜਾ ਵਾ ਪਸ਼ੂ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ। ਅਤੇ ਮੌਕੇ ਦੇ ਦੁੱਧ ਜਿਹੜਾ ਇਹਦੇ ਕੋਲ 7 ਲੀਟਰ ਹੈ, ਅਤੇ 1.5 ਮਹੀਨਾ ਗਾਂਭ ਨਹੀਂ ਹੋਇਆ ਵਾ, ਅਤੇ ਚੈੱਕ ਪਾਸ ਨਹੀਂ ਆ, ਅਤੇ ਮੁੱਲ ਜਿਹੜਾ ਇਹਦਾ 50,000 ਆ। ਅਤੇ ਹੁਣ ਤੁਹਾਨੂੰ ਇੱਕ ਦੂਸਰੇ ਨੰਬਰ 'ਤੇ ਬੜੀ ਖੂਬਸੂਰਤ ਝੋਟੀ ਅਗਰ ਤੁਹਾਨੂੰ ਦਿਖਾਉਣੀ ਆ, ਕਾਫੀ ਚੰਗੇ ਕੱਦ ਕਾਠ ਵਾਲੀ ਆ। ਸੱਜਰ ਨੇ ਦੁੱਧ ਇਹਨੇ ਜਿਹੜਾ ਕਹਿੰਦੇ ਕਿ 14-15 ਲੀਟਰ ਦੇ ਕਰੀਬ ਜਿਹੜਾ ਇਹਨੇ ਸੱਜਰ ਨੇ ਦੁੱਧ ਚਵਾਇਆ ਵਾ, ਚੰਗੇ ਵੱਡੇ ਕੱਦ ਕਾਠ ਵਾਲੀ ਆ। ਅਤੇ ਮੌਕੇ 'ਤੇ ਹੁਣ ਵੀ ਦੁੱਧ ਜਿਹੜਾ ਇਹਦੇ ਕੋਲ 7-8 ਲੀਟਰ ਦੇ ਕਰੀਬ ਜਿਹੜਾ ਹੈਗਾ ਵਾ, 7 ਲੀਟਰ ਦੇ ਕਰੀਬ, ਅਤੇ ਮਿਲਕ ਮੈਨ ਦੇਖ ਸਕਦੇ ਜੀ, ਤੋਰ ਦਿਓ ਜੀ। ਬਾਕੀ ਪੂਰਾ ਵੱਡਾ ਕੱਦ ਕਾਠ ਆ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀਆਂ ਪਸੰਦ ਕਰਕੇ ਵੇਖ ਚੱਕ ਕੇ ਲੈ ਜੇ, ਕਈ ਵਾਰੀ ਕਈ ਮਜਬੂਰੀਆਂ ਹੋ ਜਾਂਦੀਆਂ ਅਤੇ ਉਹਦੇ ਕਰਕੇ ਜਿਹੜੇ ਪਸ਼ੂ ਜਿਹੜੇ ਵੇਚਣੇ ਪੈਂਦੇ ਪਸ਼ੂ। ਉਸ ਤਰ੍ਹਾਂ ਵੀਰ ਜੀ ਉਹਨਾਂ ਨੇ ਸੋਹਣੇ ਰੱਖੇ ਆ ਸਾਰੇ, ਕੱਦ ਕਾਠ ਦੇਖ ਸਕਦੇ ਜੇ ਪੂਰਾ ਵੱਡਾ ਵਾ, ਕਾਫੀ ਸੋਹਣੀ ਝੋਟੀ ਆ। ਆਹ ਦੇਖ ਸਕਦੇ ਹਵਾਨੇ 'ਚ ਢਿੱਲਾਂ ਜਿਹੜੀਆਂ ਆਪਾਂ ਦੇਖ ਸਕਦੇ ਕਾਫੀ ਆ, ਦੇਖ ਸਕਦੇ। ਦੁੱਧ ਜਿਹੜਾ ਇਹਦੇ ਕੋਲ ਵੀ ਮੌਕੇ 'ਤੇ 7 ਲੀਟਰ ਹੀ ਜਿਹੜਾ 7-8 ਲੀਟਰ ਜਿਹੜਾ ਤਿਆਰ ਦੱਸਦੇ ਆ, ਅਤੇ ਮਹੀਨੇ ਕੁ ਦੇ ਕਰੀਬ ਜਿਹੜਾ ਇਹਨੂੰ ਬਣੀ ਨੂੰ ਹੋਇਆ ਵਾ, ਇੱਕ ਮਹੀਨੇ ਦੇ ਲਾਗੇ ਚਾਗੇ, ਕੋਈ 2-4 ਦਿਨ ਉੱਪਰ ਵੀ ਹੋ ਸਕਦੇ, 2-4 ਦਿਨ ਥੱਲੇ ਵੀ ਹੋ ਸਕਦੇ, ਇੱਕ ਮਹੀਨਾ ਜਿਹੜਾ ਮੰਨ ਕੇ ਜਿਹੜਾ ਚੱਲੋ। ਬਾਕੀ ਲਿਖਿਆ ਲੁਖਿਆ ਵਾ ਉਹ ਸਾਰੀ ਜਾਣਕਾਰੀ ਤੁਸੀਂ ਵੀਰ ਜੀ ਉਹਨਾਂ ਤੋਂ ਪੁੱਛ ਸਕਦੇ ਜੇ, ਜੋ ਤਰੀਕਾ ਤਰੂਕਾ ਵਗੈਰਾ ਉਹ ਸਾਰੀ ਜਾਣਕਾਰੀ ਵੀਰ ਜੀ ਉਹਨਾਂ ਨੇ ਲਿਖੀ ਆ, ਫੋਨ ਨੰਬਰ ਜਿਹੜਾ ਸਕਰੀਨ 'ਤੇ ਆਉਣ ਦਿਆ। ਬਾਕੀ ਜੇ ਕੋਈ ਜਾਣਕਾਰੀ ਸਾਡੇ ਤੋਂ ਦੱਸਣ ਵਾਲੀ ਰਹਿ ਜੂਗੀ ਤਾਂ ਉਹ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਜੀ। ਅਤੇ ਮੁੱਲ ਜਿਹੜਾ ਇਹਦਾ 60,000 ਕਰਦੇ ਆ, ਅਤੇ ਮਾਨ ਤਾਨ ਮੌਕੇ 'ਤੇ ਕਹਿੰਦੇ ਕਿ ਜਿਹੜਾ ਕਰਾਂਗੇ, ਆਪ ਵੀ ਜਿਹੜੇ ਕਹਿੰਦੇ ਸੀ ਕਿ ਜਦੋਂ ਆਹ ਝੋਟੀ ਲਿਆਂਦੀ ਸੀ ਤਾਂ ਲੱਖੋਂ ਕਹਿੰਦੇ ਸੀ ਕਾਫੀ ਬਾਹਰ ਜਿਹੜੀ ਇਹ ਝੋਟੀ ਆਈ ਸੀ ਉਦੋਂ, ਅਤੇ ਅੱਧੇ ਰੇਟ 'ਚ ਜਿਹੜੇ ਕਹਿੰਦੇ ਕਿ ਅੱਜ ਦੇ ਦੇਣੀ ਆ। ਬਾਕੀ ਜੇ ਸੋਨ ਵਾਲੀ ਨਿਕਲ ਆਊਗੀ ਅਤੇ ਉਹ ਵੀਰ ਦੀ ਜਿਹੜੀ ਕਿਸਮਤ, ਹਾਂ ਦੇਖ ਸਕਦੇ ਦੋਵੇਂ। ਅਤੇ ਹੁਣ ਇੱਕ ਆ ਜਫਰਾਬਾਦ ਦੀ ਨਸਲ ਦੀ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ, ਸਾਂਭੀ ਸੁੰਭੀ ਇਹ ਵੀ ਚੰਗੀ ਆ, ਚੰਗੇ ਬੋਡੀ ਵੇਟ ਦੀ ਆ, ਤੋਰ ਦਿਓ ਜੀ। ਇਹਨੂੰ ਬਣੀ ਨੂੰ ਜਿਹੜਾ 2 ਮਹੀਨਾ ਤੋਂ ਉੱਪਰ ਹੋ ਗਿਆ ਵਾ, 2.5 ਕੁ ਮਹੀਨਾ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਇਹਨੂੰ ਹੋਇਆ ਵਾ। ਬਾਕੀ ਉਸ ਤਰ੍ਹਾਂ ਵੀ ਆਪਾਂ ਦੇਖ ਸਕਦੇ ਹਾਂ ਸਰੀਰ ਵੀ ਇਹਦਾ ਜਿਹੜਾ ਕਾਫੀ ਨਿੱਗਰ ਆ। ਦੁੱਧ ਇਹਦੇ ਕੋਲ ਵੀ ਜਿਹੜਾ 7 ਲੀਟਰ ਦੇ ਕਰੀਬ ਹੀ ਆ, ਸਾਰੀਆਂ ਇਹ ਬੱਚੇ ਤੋਂ ਬਿਨਾਂ ਹੀ ਆ।
इन्हें भी जरा कहें कि 11 लीटर के करीब जो सज्जन ने दुध चवाया उस तरह बॉडी वेट आप देख सकते हैं तो काफ़ी निग्गर है। बाकी यह भीर जी ने कहते कि शौक ना लिया जफराबादी कहते कि जो पशुआं की सुख मांगती है जिस तरह सानू भीर जी उन्होंने दसिया देख सकते हवाना जरा यदा भी ये कहते हैं कि यह भी जी करमा वाली होंगी है पशुआ करके जी लिया के रखी है। यदा मुल जो 55,000 आ इनों बनी ना जो 2 महीने तो उपर हो गया टाइम हाँ देख सकते जी। बाकी फोन नंबर भीर जी उन्होंने स्क्रीन पर आंदा है तुम फोन करके पूछ सकते जी। झोटियां जीडिया भीर जी उन्होंने सारिया बेच देनिया वा बाकी कोई झोटिया के हिसाब ना कोई मुल लावे यदा जो मुल 50,000 है यदा 60 है यदा 55 है तो दुद्ध सारे को लगभग सेम जहा ही है कोई किलो अद्धा किलो का उपर थले हो सकता है। बाकी कोई भीर फोन ला के पुछ ले तो हम एक गां तुहानू आ जर्सी दिखाउणी है इहदे कोल जिहड़ा दुद्ध 10 लीटर जिहड़े कहिंदे कि पक्का हैगा वा तो ये जिहड़ी कहिंदे कि 18,000 दी देवांगे लियाओ जी तोर दे इहनां नूं आप हुण वी भीर जी होणी ड्यूटी ते गए आ। बाकी जितना सानू दस्सिया उहनां ने उतना ही आपां तुहानू दस्सी जांदे आ तुसीं इत्थे आ के अपनी समझ ते अपनी जिम्मेदारी ते वेख चाह के खड़ो दुद्ध का काम है उस तरह उन्हों का हूँ पर दुद्ध का काम कहते कि छड़ना पैना जिहड़ा जलंधर का कैंट रेलवे स्टेशन है वो लागे ही आ देख सकते पटरियां भी बहर घर के बहर ही है नाल ही दो कट्टियां भी जड़ियां हले तुहानू एंड ते विखावांगे ये को दुद्ध जरा पक्का कहें कि 10 लीटर हैगा वा बाकी अपनी 2 टाइम चवाई करके खड़ो ये वीडियो बनाने टाइम जो दोपहर का वा तो सवेर की चवाई का टाइम जो कहते हैं कि 7 बजे तो बाद ही जी चवाई होंगी है क्योंकि जो फिर गाहक आते हैं उदो ही फिर जो दुद्ध चो चो के देंगे सारियां तो हूँ जोड़ा जोड़ा तुम विखा वा ये बड़ी अलग चीज़ जी तुम दिखाई अपन आम बड़ा घट देखने मिलती नॉर्मल जड़िया चीज़ा जो नहीं देखती क्योंकि इन्हों का दुध जो दस दे कि 120 रुपये लीटर जो इतने दुध जो इन्हों का लगन दिया वा हाँ देख सकते पहले आही तोर के दिखा दौ जी ये बच्चे तो बिना है तो आ बच्चे वाली है ये को दुध इस टाइम 7 लीटर के करीब ही ये को भी दसते है ये गिर ते राठी जड़ी क्रॉस आ बाकी इन्हों का आप कान भी देख सकते हैं काफ़ी अलग है बॉडी फेस की शेप भी आप देख सकते बड़ी वक्री जी तो यह भी जी 1.5 महीने की गबन कहते कि हैगी है बाकी इतने आ गए अपनी समझना वेच चाह के अपनी जिम्मेवारी से खड़ो सानू जिस तरह भीर जी उन्होंने दसिया तो उतना आप जो तुम दसने लगे इन्हें भी सज्जन ने दुध कहते कि चंगा कटिया वा ये आप भी कहते कि काफ़ी महंगी आई हैं पिछों यदा मुल जरा वा 26,000 मुल करते देख सकते जी। बाकी मान तान जे सारिया के हो गए एक बार कोई वीर फोन ला के पुछे जरूर मझा भी जड़िया चंगी सामभिया वन तो गाव भी जड़िया वाली घट लगती हैं इन्हों जरा वा 1.5 महीने के लागे चागे जरा सूई न होया वा इन्हों नहीं हले टीका भराया ये मगर जरा वछा हैगा वा हाँ देख सकते जी बड़ी कमाल की वैड है जी ये चीज़ा लभदियाँ बड़ी घट है क्योंकि इन्हों का जो दुध की जी क्वालिटी बड़ी चंगी होंगी है कई बीमारियां जो दूर करता है इन्हों का दुध तो उस तरह भी जरा सेहत लिए जो चंगा हों ला जाओ जी इस करके जो भीर जी उन्होंने आप जी लिया ही है तो है उस तरह कहें कि दोवें ठंडिया धीरिया वा आ जड़ा वछा एदा
ਇਹਦਾ ਮੁੱਲ ਜਿਹੜਾ ਵਾ 28,000 ਕਰਦੇ ਆ, ਤੇ ਜੇ ਕੋਈ ਜੋੜਾ ਕੋਈ ਲੈ ਜੂਗਾ ਆ ਤੇ ਆ 25,000 ਦਾ ਜੋੜਾ ਕਹਿੰਦੇ ਕਿ ਦੇ ਦਾਂਗੇ, ਤੇ 13-14 ਲੀਟਰ ਦੇ ਕਰੀਬ ਜਿਹੜਾ ਵਾ ਦੋਵਾਂ ਦਾ ਕੋਈ ਦੁੱਧ ਹੈਗਾ ਵਾ, ਮਤਲਬ 50,000 ਦਾ ਜੋੜਾ ਕਹਿੰਦੇ ਕਿ ਦੇ ਦਿਆਂਗੇ, 25-25 ਹਜ਼ਾਰ ਦੇ ਹਿਸਾਬ ਨਾਲ 50,000 ਦਾ ਜੋੜਾ ਕਹਿੰਦੇ ਕਿ ਦੇ ਦਿਆਂਗੇ, ਤੇ 13-14 ਲੀਟਰ ਦੇ ਕਰੀਬ ਦੋਵਾਂ ਕੋਲ ਜਿਹੜਾ ਦੁੱਧ ਹੈਗਾ, ਤੇ ਦੁੱਧ ਵੀ ਜਿਹੜਾ ਇਹਨਾਂ ਦਾ ਸਾਰਿਆਂ ਨੂੰ ਪਤਾ ਵਾ, ਦੱਸਣ ਦੀ ਲੋੜ ਵੀ ਨਹੀਂ ਹੈ ਕਿ ਇਹਨਾਂ ਦਾ ਦੁੱਧ ਜਿਹੜਾ ਚੰਗਾ ਹੁੰਦਾ ਵਾ। ਹਾਂ ਦੇਖ ਸਕਦੇ ਜੀ ਆਹ ਜਿਹੜਾ ਵੱਛਾ ਇਹਦਾ, ਇੱਕ ਇਹਦੀ ਚਿਹਰਾ ਇਹਦਾ ਦੇਖ ਸਕਦੇ ਜੀ, ਕੰਨ ਵੀ ਦੇਖ ਸਕਦੇ, ਕਾਫੀ ਲੰਮਾ ਕੰਨ ਹੁੰਦਾ ਵਾ ਇਹਨਾਂ ਦਾ। ਤੇ ਹੁਣ ਆਹ ਦੋ ਕੱਟੀਆਂ ਵੀ ਤੁਹਾਨੂੰ ਵਿਖਾਉਣੀਆਂ ਵਾ, ਆਹ ਜਿਹੜੀ ਵੱਡੀ ਕੱਟੀ ਹੈ ਇਹ ਕਹਿੰਦੇ ਕਿ ਕਾਫੀ ਚੰਗੇ ਰਿਕਾਰਡ ਦੀ ਆ, ਇਹਦੀ ਮਾਂ ਦਾ ਦੁੱਧ ਜਿਹੜਾ 20 ਤੋਂ ਬਾਹਰ ਦੁੱਧ ਜਿਹੜਾ 21-22 ਲੀਟਰ ਦੇ ਕਰੀਬ ਰਿਹਾ, ਅਤੇ ਝੋਲੀ ਆਪਾਂ ਇਹਦੀ ਹੁਣ ਤੁਸੀਂ ਦੇਖ ਸਕਦੇ ਹਾਂ ਸਾਲ ਦੇ ਲਾਗੇ ਜਿਹੜੀ ਇਹਦੀ ਉਮਰ ਆ, ਆਹ ਦੇਖ ਸਕਦੇ ਝੋਲੀ ਥੱਲੇ ਤੁਸੀਂ ਹੁਣ ਤੁਸੀਂ ਦੇਖ ਸਕਦੇ ਜੀ ਇਹਦੀ। ਇਹਦਾ ਮੁੱਲ ਜਿਹੜਾ ਵਾ 17,000 ਜਿਹੜਾ ਇਹਦਾ ਮੁੱਲ ਕਰਦੇ ਆ, ਬਾਕੀ ਸਿੰਘ ਵੀ ਜਿਹੜਾ ਇਹਨੇ ਮੋੜਨਾ ਸ਼ੁਰੂ ਕਰਤਾ ਵਾ। ਝੋਲੀ ਬੜੀ ਸੋਹਣੀ ਆ ਥੱਲੇ, ਅਤੇ ਇੱਕ ਕੱਟੀ ਜਿਹੜੀ ਆਹ ਵਾਲੀ ਤੁਹਾਨੂੰ ਵਿਖਾਉਣੀ ਆ, ਇਹ ਉਹਦੇ ਨਾਲ ਥੋੜ੍ਹੀ ਜਿਹੀ ਨੋਰਮਲ ਆ, ਇਹ ਇਹਦੀ ਮਾਂ ਦਾ ਜਿਹੜਾ ਦੁੱਧ ਕੋਈ 11-12 ਲੀਟਰ ਦੇ ਕਰੀਬ ਜਿਹੜਾ ਇਹਦੀ ਮਾਂ ਦਾ ਦੁੱਧ ਸੀ, ਅਤੇ ਇਹ ਵੀ ਹਾਲੇ ਸਾਲ ਤੋਂ ਅੰਦਰ ਹੀ ਆ, ਅਤੇ 6,000 ਜਿਹੜਾ ਇਹਦਾ ਮੁੱਲ ਆ, 6,000 ਦੀ ਵੀਰ ਜੀ ਨਹੀਂ ਕਹਿੰਦੇ ਕਿ ਆਹ ਵੀ ਦੇ ਦਿਆਂਗੇ, ਬਾਕੀ ਜੇ ਕੋਈ ਦੋਵੇਂ ਕੱਟੀਆਂ ਲੈ ਜਾਊਗਾ ਤਾਂ ਮਾਂ ਤਨ ਵਿੱਚ ਹੋਰ ਹੋ ਜਾਊਗਾ। ਅਤੇ ਆਹ ਜਿਹੜੇ ਪਸ਼ੂ ਆ ਸਾਰੇ ਪਸ਼ੂ ਆ ਵਾ, ਅਤੇ ਬਾਕੀ ਜਿਹੜਾ ਕਿਸੇ ਵੀਰ ਨੂੰ ਪਸੰਦ ਆਊਗਾ ਆਪਣਾ ਇੱਥੇ ਆ ਕੇ ਵੇਚ ਚਾਖ ਕੇ ਪਸੰਦ ਕਰਕੇ ਆਪਣੀ ਸਮਝ ਅਤੇ ਆਪਣੀ ਜ਼ਿੰਮੇਦਾਰੀ 'ਤੇ ਪਸ਼ੂ ਲੈ ਜਾਏ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।